ਹੈਲੋ ਹਾਂਜੀ, ਕੁਛ ਰੋਕਿਆ ਹੈ। ਡਾਕਟਰ ਰਵਿੰਦਰ ਦੀ ਕਵਿਤਾ ਨਹੀਂ ਪੜ੍ਹੀ, ਸੋਚਿਆ ਅੱਜ ਉਹਨਾਂ ਦੀ ਇੱਕ ਕਵਿਤਾ ਪੜ੍ਹ ਲਈ ਜਾਏ, ਅਤੇ ਨਾਲ ਉਹਦਾ ਉਰਦੂ ਦੇ 'ਚ ਟ੍ਰਾਂਸਲੇਸ਼ਨ ਉਹ ਵੀ ਪੇਸ਼ ਕੀਤਾ ਜਾਏਗਾ। ਸੋ ਕਵਿਤਾ ਹੈ ਡਾਕਟਰ ਰਵਿੰਦਰ ਦੀ, ਇੱਕ ਜੰਗਲ ਉਹਦੇ ਅੰਦਰ। ਇੱਕ ਜੰਗਲ ਉਹਦੇ ਅੰਦਰ, ਹੁਣ ਉਹ ਸਾਊ ਘਰਾਂ ਵਿੱਚ ਜਾਣ ਦੇ ਕਾਬਿਲ ਨਹੀਂ। ਉਸਨੂੰ ਦਹਲੀਜ਼ਾਂ 'ਤੇ ਸਰਦ ਸਵਾਗਤ ਮਿਲਦਾ, ਫਿਰ ਕਦੇ ਵਿਹਲੇ ਵਿਹਲੇ ਆਉਣ ਦੀ ਦਾਵਤ, ਕਦੇ ਕਦਾਈ ਮਿਲਦੇ ਗਿਲਦੇ ਰਹਿਣ ਦਾ ਸੱਦਾ। ਅਬ ਵੋ ਮੁਹੱਜ਼ਬ ਘਰੋਂ ਮੇਂ ਜਾਣੇ ਕੇ ਨਹੀਂ ਰਹਾ ਕਾਬਿਲ, ਦਹਲੀਜ਼ੋਂ ਪਰ ਉਸੇ ਮਿਲਤਾ ਹੈ ਸਰਦ ਸਵਾਗਤ, ਕਭੀ ਫੁਰਸਤ ਕੇ ਵਕਤ ਆਨੇ ਕੀ, ਕਭੀ ਕੁਭਾਰ ਮਿਲਤੇ ਰਹਿਣੇ ਕੀ ਮਿਲਤੀ ਹੈ ਦਾਵਤ। ਉਸ ਦੀਆਂ ਗੱਲਾਂ ਸੁਣ ਕੇ ਉਕਤਾ ਜਾਂਦੇ ਨੇ ਉਸਦੇ ਬੀਵੀ ਬੱਚੇ, ਡਰਦੇ ਉਸਦੇ ਨੇੜੇ ਬਹਿਣੋ, ਰੋਸ ਦਿਹਾੜੀ ਕੌਣ ਸੁਣੇ, ਝਗੜੇ ਉਪਦੇਸ਼ ਆਦਮ ਬੋ ਕਰਦਾ ਜਦ ਘਰ ਵੜਦਾ। ਉਸਕੀ ਬਾਤੋਂ ਸੇ ਹੋ ਜਾਤੀ ਹੈ ਬੀਵੀ ਬੱਚੋਂ ਕੋ ਉਕਤਾਹਟ, ਡਰਤੇ ਪਾਸ ਨਹੀਂ ਫਟਕਤੇ, ਕੌਣ ਸੁਨੇ ਰੋਜ਼ ਰੋਜ਼ ਉਹੀ ਬੇਕਾਰ ਸੇ ਵਹਿਜ਼, ਆਦਮ ਬੂ ਕਰਤਾ ਹੋਤਾ ਹੈ ਘਰ ਮੇਂ ਦਾਖਿਲ। ਉਸਦੀ ਆਮਦ ਤੋਂ ਤ੍ਰਹਿ ਜਾਂਦੇ ਟਿਨੋ ਪਾਲੀ ਚਿਕਨੇ ਚੁੱਪੜੇ ਸੱਭਿਅ ਲੋਕ ਸ਼ਹਿਰ ਦੇ, ਕੰਨ ਖੜ੍ਹੇ ਕਰ ਲੈਂਦੇ ਜਸ਼ਨ ਅਤੇ ਸ਼ੋਕ ਸੁਭਾਵਾਂ, ਪਤਾ ਨਹੀਂ ਕੀ ਬੋਲਦੇ ਕਿਹਦੀ ਪੱਗ ਉਛਾਲਦੇ, ਜਿਸ ਥਾਲੀ ਵਿੱਚ ਖਾਵੇ ਉਸੇ 'ਚ ਨਾ ਮੋਰੀ ਕਰ ਜਾਵੇ। ਉਸਕੀ ਆਮਦ ਸੇ ਹਵਾਸ ਵਾਖਤਾ ਹੋ ਜਾਤੇ ਹੈ ਟਿਨੋ ਪਾਲੀ ਚਿਕਨੇ ਚੁੱਪੜੇ ਲੋਕ ਸ਼ਹਿਰ ਕੇ, ਚੌਕੰਨੇ ਹੋ ਜਾਤੇ ਹੈ ਜਸ਼ਨ ਔਰ ਮਾਤਮੀ ਇਜਤਮਾ, ਜਾਣੇ ਕਿਆ ਬਕ ਜਾਏ ਕਿਸਕੀ ਪਗੜੀ ਉਛਾਲ ਦੇ, ਜਾਣੇ ਖਬਰ ਕਿਆ ਖਬਰ ਜਿਸ ਥਾਲੀ ਮੇਂ ਖਾਏ ਉਸੀ ਕੋ ਛੇਦ ਡਾਲੇ। ਉਹ ਕੀ ਜਾਣਨ ਇਸੇ ਸ਼ਹਿਰ ਵਿੱਚ ਜੰਮ ਪਲ ਕੇ ਵੀ, ਸ਼ਾਇਸਤਗੀ ਦੇ ਤੌਰ ਤਰੀਕੇ ਜਾਣਦਿਆਂ ਵੀ ਇੱਕ ਜੰਗਲ ਉਹਦੇ ਅੰਦਰ ਵਸੇ। ਵੋ ਹੈ ਇਸ ਬਾਤ ਸੇ ਬੇਖਬਰ ਕੇ ਪਾ ਕਰ ਇਸ ਸ਼ਹਿਰ ਮੇਂ ਪਰਵਰਿਸ਼, ਸੀਖ ਕਰ ਤੌਰ ਤਵਾਰ ਸਭ, ਇੱਕ ਜੰਗਲ ਬਸਤਾ ਹੈ ਉਸਕੇ ਅੰਦਰ। ਇਸ ਜੰਗਲ ਵਿੱਚ ਅਣਲਿਖੇ ਰਾਗਾਂ ਦੀ ਸੁਰ 'ਤੇ ਗਾਉਂਦੇ ਝਰਨੇ, ਫੁੱਲਾਂ ਦੇ ਮੂੰਹ ਚੁੰਮਦੀ ਤਰੇਲ, ਰੁੱਖਾਂ ਨਾਲ ਸ਼ਰਾਰਤ ਕਰਦੀ ਸ਼ੋਖ ਹਵਾ, ਦਿਸ਼ਾਹੀਨ ਅਨਮਿੱਤੇ ਰਾਹ 'ਤੇ ਚੁੰਗੀਆਂ ਭਰਨ ਮਾਸੂਮ ਹਿਰਣੀਆਂ, ਪੈਲਾਂ ਪਾਉਂਦੇ ਮੋਰ, ਸ਼ਾਂਤ ਰਹੇ ਤਾਂ ਸੁੱਤਾ ਜੰਗਲ ਸੱਚਾ ਸੁੱਚਾ ਮੋਹ ਨਾਲ ਭਰਿਆ, ਹਰ ਇੱਕ ਲਈ ਖੁੱਲ੍ਹੀ ਗਲਵਕੜੀ। ਉਸ ਜੰਗਲ ਮੈਂ ਗੈਰ ਨਵਿਸ਼ਤਾ ਰਾਗੋਂ ਕੇ ਸੁਰੋਂ ਪਰ ਗਾਤੇ ਹੈ ਝਰਨੇ, ਫੂਲੋਂ ਕਾ ਮੂੰਹ ਚੁੰਮਤੀ ਹੈ ਸ਼ਬਨਮ, ਸ਼ੋਖ ਹਵਾ ਅਟਕੇਲੀਆਂ ਕਰਤੀ ਹੈ ਅਸ਼ਜਾਰ ਸੇ, ਔਰ ਮਾਸੂਮ ਹਿਰਨੀਆਂ ਫੁਦਕਤੀ ਹੈ ਬੇਸਮਤ ਬੇਆਮਦ ਰਫਤ ਰਾਹੋਂ ਪਰ, ਮੋਰ ਨਾਚਤੇ ਹੈ ਆਪਣੀ ਮਖਸੂਸ ਮਸਤੀ ਮੇਂ, ਪੁਰ ਅਮਨ ਹੋ ਤੋ ਖਾਬੀਦਾ ਜੰਗਲ ਬੇਲੋਸ ਮੁਹੱਬਤ ਮੇਂ, ਸ਼ਰਾਬ ਔਰ ਆਗੋਸ਼ ਖੋਲਤਾ ਹੈ ਸਭ ਕੇ ਲੀਏ। ਜਦ ਨਾੜਾਂ ਵਿੱਚ ਅੱਗ ਜਾਗਦੀ ਭਬਕਣ ਲੱਗਦੇ ਖੂਨੀ ਪੰਜਿਆਂ ਤਿੱਖੇ ਦੰਦਾਂ ਵਾਲੇ ਜੀਵ, ਭੁੱਲ ਜਾਂਦੇ ਸਭ ਤੌਰ ਤਰੀਕੇ ਸ਼ਿਸ਼ਟਾਚਾਰ, ਜੰਗਲ ਦੀ ਅੱਗ ਆਪਣਾ ਸਭ ਕੁਝ ਸਾੜ ਫੂਕ ਵੀ ਸ਼ਾਂਤ ਨਾ ਹੁੰਦੀ, ਸ਼ਹਿਰ ਦੀਆਂ ਸੜਕਾਂ 'ਤੇ ਜੀਭਾਂ ਕੱਢਦੀ ਫਿਰਦੀ। ਮਗਰ ਜਬ
रगों में बेदार होती है आग, तो जानवर खूनी पंजों और तीखे दांतों वाले भूल जाते हैं सब अदबो आदाब, सब तौर तरीके। आग जंगल की न होती ठंडी, अपना सब कुछ फूंक कर राख करके सरगर्दां होती है शहर की सड़कों पर, जुबान दहन से बाहर लटकाए। शहर तां गिज्जा बच्चे लेके निक्के दे चिड़िया घर, कौमी पार्क विच सफारी करना, पिंजरियां विच डक्के सिक्ख्यत जानवरां नाल खेड़ा करना, घर दे ड्राइंग रूम विच झरने झीलां दे मॉडल रखना, शहर दे मेच ना आवे उसके अंदर वसदा संघना सोहना शांत कदी कदी खतरनाक खौरू पांदा वहशी जंगल। शहर तो बस करता है इतना, बच्चों को छोटे से चिड़ियाघर की सैर करवाना, कौमी पार्क में चक्कर लगाना, पिंजरों में कैद सिधाए जानवरों से शगल करना, घर के अंदर दीवान खाने में झरनों झीलों के मॉडल सजाना, शहर को रास नहीं आता जंगल उसके अंदर बसा हुआ, कभी गहरा खूबसूरत मरिंजा मरिंज, कभी खतरनाक वाशी गैश में नजर आ जाता है, शायद जंगल का साया उसके चेहरे पे जब वो घर में बातें करता है अपनों से, जब उसके चेहरे उत्ते शायद जंगल का परछावा दिसदा, जब वो अपने घर विच अपनिया नाल गल्लां करदा, जब वो साऊ घरां विच बिना बुलाया जांदा, वसदे घरां च जाके समय स्थान मुताबक तहजीबी घेरे च रह के बोलन हसन रोन खान पीन पहनन दी उसनू जाच ना आवे, उसके अंदर शूकदा जंगल खुआरू पावे, सिर दियां नाड़ां पाड़े, सुते जानवरां नू आन जगावे। मैं जरा जोश में पहले बोल गया था तो मैं इसलिए फिर से बोल देता हूँ कि नजर आ जाता है शायद जंगल का साया उसके चेहरे पे जब वो अपने घर में बातें करता है अपनों से, जब वो जा घुसता है बिन बुलाए शाइस्ता लोगों के घरों में, और वहाँ रहकर शाइस्तगी के दायरे में वक्त और जगह के मुताबिक सीख ना पाए ढंग बोलने हंसने रोने खाने पीने पहनने के, उसके अंदर का भड़कता जंगल सुर की रगों को फाड़े मुहज्जब लोगों के अंदर सोए हुए जानवरों को आन जगाए। ऐसे लई हुन साऊ घरां विच उसका जाना ठीक नहीं, जंगल उसके अंदर वसदा ओ वसे जंगल विच। बस अब मुहज्जब घरों के अंदर उसका जाना नहीं मुनासिब, जा कर बसे उस जंगल के अंदर जो बसता है उसके अंदर। ये मैं फिर से पढ़ूंगा, आप भी फिर से पढ़िए। इसे लई हुन साऊ घरां विच उसका जाना ठीक नहीं, जंगल उसने अंदर वसदा ओ वसे जंगल विच। बस अब मुहज्जब घरों के अंदर उसका जाना नहीं मुनासिब, जाकर बसे उस जंगल के अंदर जो बसता है उसके अंदर। थैंक यू। और वायलिन थोड़ी सुन लीजिए, ने बड़ी धीमी रखी हुई थी आज, बहुत धीमी रखी थी आज। और हाँ, मुझे याद करना पड़ता है बार बार कि सब्सक्राइब कर दीजिए, जो जिन्होंने नहीं किया हुआ वो सब्सक्राइब कर दें।
उम्मीद है राग भी अच्छा लगा होगा आपको। अभी चल रहा है, थोड़ा सा सुन लीजिए, अगर कोई अर्थ भी नहीं है, जब ठीक चाहे बंद कर दीजिएगा आप, अगर हम स्वाद ले रहे हैं। ओके, थैंक यू।